ਮੇਰੇ ਨਾਲ ਹੀ ਤੇ ਕੁਛ ਬੰਦੇ ਸੀ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਫਲਸਤੀਨ ਕਿੱਥੇ ਆ? ਉਹ ਕਹਿੰਦੇ ਫਲਸਤੀਨ ਤੇ ਇਸਰਾਇਲ ਜਿਹੜਾ ਹੈ ਉਹ ਸੇਮ ਸੇਮ ਹੈ। ਫਲਸਤੀਨ ਇਸਰਾਇਲ ਸੇਮ ਸੇਮ? ਪਤਾ ਨਹੀਂ ਬਾਕੀ। ਹਾਂਜੀ, ਤੇ ਅਸੀਂ ਜਾ ਰਹੇ ਸੀ ਜਹਾਜ਼ ਤੇ, ਇੱਕ ਚੀਜ਼ ਦਿਖੀ ਆ ਮੈਨੂੰ, ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦਾ, ਤੁਹਾਨੂੰ ਵੀ ਦਿਖਾਦਾ। ਇਹ ਅਸੀਂ ਜਾ ਰਹੇ ਸੀ, ਜੋਰਡਨ ਦਾ ਬਾਰਡਰ ਹੈ, ਪਰਲੀ ਸਾਈਡ ਤੇ ਇਸਰਾਇਲ ਹੈ। ਇੱਥੇ ਦੇ ਲੋਕ ਉਹਨੂੰ ਇਸਰਾਇਲ ਵੀ ਕਹਿੰਦੇ ਨੇ, ਤੇ ਇਹ ਉਹਦਾ ਝੰਡਾ ਹੈ ਇਸਰਾਇਲ ਦਾ। ਇਹ ਦੇਖ ਸਕਦੇ ਹੋ ਤੁਸੀਂ, ਜੋਰਡਨ ਦਾ ਤੇ ਇਸਰਾਇਲ ਦਾ ਬਾਰਡਰ ਹੈ। ਪਹਿਲਾਂ ਤੇ ਮੈਂ ਉਹਦੀ ਲਿਸਟ ਪੜ੍ਹ ਕੇ ਨਾ ਮੈਂ ਡਰ ਗਿਆ। ਕਹਿੰਦੀ ਤੂੰ ਆਪਣਾ ਡਾਕਟਰ ਨੇ ਤੈਨੂੰ ਕਿਸੇ ਚੀਜ਼ ਤੋਂ ਰੋਕਿਆ? ਮੈਂ ਕਿਹਾ ਮੈਂ ਤਾਂ ਕਦੇ ਡਾਕਟਰ ਨੂੰ ਚੈੱਕ ਹੀ ਨਹੀਂ ਕਰਾਇਆ, ਮੈਨੂੰ ਜਦੋਂ ਵੀ ਰੋਕਿਆ ਮੇਰੇ ਅੱਬੇ ਨੇ ਹੀ ਰੋਕਿਆ ਕਿ ਆਹ ਕੰਮ ਦਾ ਕਰੀ, ਆਹ ਕੰਮ ਦਾ ਕਰੀ। ਡਾਕਟਰ ਕੌਣ ਹੁੰਦਾ ਰੋਕਣ ਵਾਲਾ, ਕਦੀ ਚੈੱਕ ਕਰਾਇਆ ਹੀ ਨਹੀਂ। ਅਸਲਾਮ ਵਾਲੇਕੁਮ, ਕੀ ਹਾਲ ਵੀਰੋ, ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਤੇ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਨਵਾਂ ਸਟਾਰਟ। ਅੱਜ ਜੋਰਡਨ ਦੇ ਵਿੱਚ ਮੈਨੂੰ ਇਹ ਦੂਸਰਾ ਦਿਨ, ਪਹਿਲੇ ਦਿਨ ਸੀ ਮੈਂ ਉਮਾਨ ਉਮੈਮ ਤੋਂ, ਕੱਲ ਬੱਸ ਲੈ ਕੇ ਮੈਂ ਗਿਆ ਸੀ ਪੈਟਰਾ, ਜੇ ਤੁਸੀਂ ਕੱਲ ਵਾਲਾ ਵਲੋਗ ਦੇਖਿਆ। ਤੇ ਪੈਟਰਾ ਜਾ ਕੇ ਮੈਂ ਉੱਥੇ 14-15 ਕਿਲੋਮੀਟਰ ਤੁਰਿਆ ਸੀ, ਤੇ 2 ਦਿਨ ਸੁੱਤਾ ਨਹੀਂ ਸੀ, ਜਿਹਦੀ ਵਜ੍ਹਾ ਤੋਂ ਮੈਂ ਬਹੁਤ ਥੱਕ ਗਿਆ ਸੀ। ਫਿਰ ਉੱਥੇ ਮੈਂ ਵਲੋਗ ਕੀਤਾ ਖਤਮ, ਉਸ ਤੋਂ ਬਾਅਦ ਮੈਂ ਪੈਟਰਾ ਤੋਂ ਆ ਗਿਆ ਇੱਥੇ ਉਕਾਬਾ। 2 ਘੰਟੇ ਦਾ ਸਫ਼ਰ ਸੀ, ਉੱਥੋਂ ਬੱਸ ਵੀ ਲੱਭਦੀ ਸੀ, ਟੈਕਸੀ ਵੀ। ਜਿੱਥੇ ਮੈਂ ਬੱਸ ਸਟੈਂਡ 'ਤੇ ਗਿਆ ਉੱਥੇ ਬੱਸ ਹੈ ਕੋਈ ਨਹੀਂ ਸੀ, ਉਹ ਕਹਿੰਦੇ 2 ਘੰਟੇ ਲੇਟ ਆਉਣੀ ਹੈ। ਫਿਰ ਉੱਥੋਂ ਮੈਂ ਟੈਕਸੀ ਲੈ ਕੇ 40 ਦਿਨਾਰ ਦੇ ਵਿੱਚ, ਮਤਲਬ $50 ਦੇ ਵਿੱਚ ਟੈਕਸੀ ਲੈ ਕੇ 2 ਘੰਟੇ ਦੀ ਡਰਾਈਵ ਪੈਟਰਾ ਤੋਂ ਉਕਾਬਾ ਆਇਆ। ਅਤੇ ਉਕਾਬਾ ਆ ਕੇ ਮੈਂ ਇੱਥੇ ਇੱਕ ਕੀਤਾ ਹੋਟਲ, ਹੋਸਟਲ ਟਾਈਪ ਸੀ ਇਹ, ਹੋਇਆ ਸੀ 20 JD ਦੇ ਵਿੱਚ। ਇਹਦੇ ਵਿੱਚ ਬ੍ਰੇਕਫਾਸਟ ਇਨਕਲੂਡ ਸੀ, ਮੈਂ ਕਿਹਾ ਤੁਹਾਨੂੰ ਦੱਸ ਦਈਏ ਜਿਹਨੇ ਆਉਣਾ ਹੈ। ਅਤੇ ਇੱਧਰ ਮਤਲਬ ਅੱਛਾ ਮਾਹੌਲ ਸੀ, ਇੱਥੇ ਸਵਿਮਿੰਗ ਪੂਲ ਵੀ ਹੈ। ਅਤੇ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜੇ ਕਮਰੇ 'ਚ ਮੈਂ ਰੁਕਿਆ ਸੀ, ਕਮਰਾ ਤਾਂ ਠੀਕ ਸੀ ਮੇਰੇ ਵਾਸਤੇ, ਬਹੁਤ ਅੱਛਾ ਸੀ, ਠੀਕ ਨਹੀਂ ਸੀ ਕਿਉਂਕਿ ਮੈਂ ਤਾਂ ਸਾਰੀ ਉਮਰ ਸੁੱਤਾਂ ਕੂੜਾਂ ਦੇ ਵਿੱਚ, ਅਤੇ ਇੱਥੇ ਘੱਟੋ ਘੱਟ ਗੱਦਾ ਅਤੇ ਬੈੱਡ 'ਤੇ ਆਇਆ ਸੀ, ਸੋ ਇਸ ਕਰਕੇ ਕਮਰਾ ਵਧੀਆ ਸੀਗਾ। ਦੇਖੋ ਇੱਥੇ ਰਾਤੀ ਮੈਂ ਰੁਕਿਆ ਸੀ, ਉਸ ਤੋਂ ਬਾਅਦ ਏ ਸੀ ਹੋਰੀ ਚੱਲਦੇ ਰਹੇ ਅਤੇ ਅਸੀਂ ਸੂਹ ਨਾਲ ਮੋਜਾਂ ਮਾਰ ਕੇ ਸੁੱਤੇ। ਅਤੇ ਸਵੇਰੇ ਮੈਂ ਉੱਠਿਆ, ਉੱਠ ਕੇ ਨਾ ਤਦੋਂ ਤੱਕ ਕੱਪੜੇ ਬਦਲੇ, ਮੈਂ ਕਿਹਾ ਵਲੋਗ ਸਟਾਰਟ ਕਰੀਏ ਅਤੇ ਹੁਣ ਆਪਣਾ ਬ੍ਰੇਕਫਾਸਟ ਰਾੜੀਏ, ਆਇਓ ਆਪਾਂ ਬ੍ਰੇਕਫਾਸਟ ਕਰਦੇ ਹਾਂ। ਹਾਂਜੀ, ਅਤੇ ਨਾਸ਼ਤਾ ਆਪਣਾ ਆ ਗਿਆ ਬ੍ਰੇਕਫਾਸਟ। ਬ੍ਰੇਕਫਾਸਟ ਦੇ ਵਿੱਚ ਇੱਥੇ ਹੈ ਟਮਾਟਰ ਹੈ, ਕੈਚਅਪ ਹੈ, ਗਾਂ ਦਾ ਮੱਖਣ ਹੈ, ਉਸ ਤੋਂ ਬਾਅਦ ਹੋਰ ਹੈ 1-2 ਚੀਜ਼ਾਂ ਨੇ ਜਿਨ੍ਹਾਂ ਦਾ ਮੈਨੂੰ ਪਤਾ ਨਹੀਂ, ਅਤੇ ਇੱਕ ਬਤੌਂ ਵੀ ਹੈ ਜਿਹਨੂੰ ਤਲ ਕੇ ਲਿਆਉਂਦੇ ਨੇ। ਅਤੇ ਇੱਥੇ ਮੈਂ ਦੇਖਿਆ ਕਿ ਗੋਰੇ ਜਿਹੜੇ ਨੇ ਆਪਣੇ ਬੱਚਿਆਂ ਵਾਸਤੇ ਉਹ ਕਰ ਰਹੇ ਨੇ, ਮਤਲਬ ਅੱਜ ਸਮੁੰਦਰ ਦੇ ਵਿੱਚ ਜਿਹੜਾ ਤੈਰੀ ਦਾ ਉਹਦਾ ਸਮਾਨ ਸਮੂਨ ਇਕੱਠਾ ਕਰਦੇ ਪਏ ਸੀ, ਉਹਨਾਂ ਨੇ ਅੱਜ ਜਾਣਾ ਹੈ ਕਿਤੇ ਉਹਦੇ ਵਾਸਤੇ। ਅਤੇ ਸਾਡੀਆਂ ਮਾਵਾਂ ਜੇ ਅਸੀਂ ਕਿਤੇ ਛੱਪੜ 'ਚ ਨਹਾਉਣ ਚਲੇ ਜਾਂਦੇ ਸੀ ਤਾਂ ਸੋਟਾ ਲੈ ਕੇ ਮਗਰ ਆਈ ਜਾਂਦੀਆਂ ਸੀ, ਨਿਕਲਿਆ ਬਾਹਰ ਐਂ ਕਿਤੇ ਡੁੱਬ ਕੇ ਮਰਨਾ ਚਾਹੀਂ। ਅਤੇ ਇੱਥੇ ਇੱਥੇ ਉਹ ਆਪੀ ਉਹਨਾਂ ਨੂੰ ਲੈ ਕੇ ਜਾ ਰਹੀਆਂ ਤਰਾਣ ਵਾਸਤੇ, ਤੈਰਾਕੀ ਵਾਸਤੇ, ਵਕਤ ਵਕਤ ਦੀ ਗੱਲ ਹੈ ਨਾ। ਹਾਂਜੀ, ਅਤੇ ਆਪਾਂ ਬ੍ਰੇਕਫਾਸਟ ਕਰਨ ਤੋਂ ਬਾਅਦ ਆ ਗਏ ਹਾਂ, ਕਿਉਂਕਿ ਆਪਾਂ ਰਾਤ ਦੀ ਕਰਾਈ ਸੀ ਬੋਰਡ। ਬੋਰਡ ਦੇ ਉੱਪਰ ਆਪਾਂ ਅੱਜ ਕਰਨੀ ਹੈ ਡਾਈਵਿੰਗ। ਡਾਈਵਿੰਗ ਤੁਹਾਨੂੰ ਮੈਂ ਅੱਜ ਕਰਕੇ ਵਹਾਂਗੇ ਪਿੰਡਰ ਸਾਹਿਬ ਆਪਾਂ ਜੀ। ਆਹ ਦੇਖੋ, ਆਹ ਖੜੀਆਂ ਬੋਟਾਂ। ਅਤੇ 10 ਵਜੇ ਦਾ ਟਾਈਮ ਸੀ, 10 ਮਿੰਟ ਆਪਾਂ ਲੇਟ ਹੋ ਗਏ ਹਾਂ, 10:11 ਹੋ ਗਏ ਨੇ 11 ਮਿੰਟ। ਅਤੇ ਇਸ ਕਰਕੇ ਜਲਦੀ ਜਲਦੀ ਟੈਕਸੀ ਕਰਾ ਕੇ ਆ ਗਏ ਆਪਾਂ ਇੱਥੇ। ਟੈਕਸੀ ਵਾਲੇ ਨੇ ਇੱਥੇ ਆਉਣ ਦੇ 15 JD ਲਏ ਨੇ। JD ਪੈਸਾ ਜੋਰਡਨ ਐਡਾ ਕੁ ਮਹਿੰਗਾ ਨਾ ਯਾਰ, ਪੈਸਾ ਤਾਂ ਇੰਝ ਇੱਥੇ ਪਾਣੀ ਤਰ੍ਹਾਂ ਲੱਗੀ ਜਾਂਦਾ, ਬਸ ਜਿਵੇਂ ਰੇਗਿਸਤਾਨ ਦੇ ਵਿੱਚ ਊਂਠ ਪਾਣੀ ਨਹੀਂ ਪੀਂਦੇ, ਇੰਝ ਜੋਰਡਨ ਮੇਰੇ ਖੂਨ ਦੇ ਨਾਲ ਨਾਲ ਮੇਰਾ ਪੈਸਾ ਵੀ ਪੀ ਰਿਹਾ।
ਚਲੋ ਕੋਈ ਨਹੀਂ, ਗੱਲ ਬਹੁਤ ਸਾਰੀਆਂ ਯਾਦਾਂ ਜੁੜਨਗੀਆਂ ਇਸ ਚੀਜ਼ ਨਾਲ ਵੀ ਕੱਲ੍ਹ ਕਿਤੇ ਕਿਤੇ ਕੋਈ ਗੱਲ ਛਿੜੀ ਕੱਢ ਕੇ ਵਹਾਵਾਂਗਾ ਮੈਂ ਫਲਾਣੀ ਜਗ੍ਹਾ ਵੀ ਘੁੰਮਿਆ ਫਲਾਣੀ ਜਗ੍ਹਾ ਵੀ ਘੁੰਮਿਆ। ਦੁਨੀਆ ਘੁੰਮਣ ਦਾ ਆਪਣਾ ਡਰੀਮ ਹੈ ਅਤੇ ਇਨਸ਼ਾਅੱਲਾ ਪੂਰੀ ਦੁਨੀਆ ਘੁੰਮਣੀ ਹੈ ਅਤੇ ਜਾ ਕੇ ਵਾਪਸ ਆਪਣਾ ਕੰਮ ਸ਼ਰਮ ਕਰਿਆ ਕਰਾਂਗੇ ਮੱਝਾਂ ਨੂੰ ਪੱਠੇ ਪੁੱਠੇ ਪਾਉਣ ਵਾਲਾ ਅਤੇ ਉਸ ਤੋਂ ਬਾਅਦ ਛੁੱਟੀ ਲੈ ਕੇ ਸਾਲ ਦੇ ਵਿੱਚ ਇੱਕ ਮਹੀਨਾ ਦੋ ਮਹੀਨੇ ਆਪਾਂ ਬਾਹਰ ਘੁੰਮਿਆ ਫਿਰਿਆ ਕਰਾਂਗੇ, ਠੀਕ ਹੈ ਨਾ। ਬਸ ਆਪਣਾ ਇਹ ਹੀ ਹੈ, ਨਾ ਪੈਸਾ ਨਾਲ ਜਾਣਾ, ਕੋਈ ਚੀਜ਼ ਨਹੀਂ ਨਾਲ ਜਾਣੀ। ਸੋ ਇਸ ਕਰਕੇ ਜੋ ਤੁਹਾਡਾ ਦਿਲ ਕਰਦਾ ਲਾਈਫ 'ਚ ਉਹਨੂੰ ਕਰੋ, ਲੋਕਾਂ ਨੂੰ ਛੱਡ ਦਿਓ ਲੋਕ ਕੀ ਕਹਿੰਦੇ ਆ। ਹੁਣ ਜਿਵੇਂ ਮੈਨੂੰ ਕਹੀ ਜਾਂਦੇ ਸਾਰੇ ਤੂੰ ਪੱਠੇ ਪਾ, ਤੇਰਾ ਕੰਮ ਹੈ ਜੋ ਕੰਮ, ਸਾਰੀ ਜ਼ਿੰਦਗੀ ਮੈਂ ਉਹ ਕੁਝ ਹੀ ਕਰਨਾ, ਪਰ ਜੋ ਮੇਰਾ ਸ਼ੌਕ ਹੈ ਉਹ ਵੀ ਤਾਂ ਮੈਂ ਪੂਰਾ ਕਰਨਾ, ਕੰਮ ਵੀ ਕਰਨਾ, ਆਪਣੇ ਸ਼ੌਕ ਵੀ ਪੂਰੇ ਕਰੋ। ਸੋ ਆਪਾਂ ਪਹੁੰਚ ਆਏ ਹਾਂ, ਆਹ ਆਪਣੀ ਬੋਟ ਹੈ, ਵੇਟ ਕਰ ਰਹੇ ਨੇ। ਹਾਂਜੀ, ਅਤੇ ਇੱਧਰਲੀ ਸਾਈਡ 'ਤੇ ਭਰਾ ਡਾਈਵਿੰਗ ਦਾ ਸਮਾਨ ਤਿਆਰ ਕਰ ਰਿਹਾ। ਹਾਏ ਅਲਹਮਦੁਲਿਲਾ, ਅਤੇ ਇੱਧਰ ਜਹਾਜ਼ ਆ, ਆਹ ਵੀ ਆ ਹੀ ਸਮਾਨ ਆ। ਇਹ ਵੇਖਿਓ, ਮੈਂ ਤੁਹਾਨੂੰ ਨਾ ਕ੍ਰਿਸ਼ 3 ਦੇ ਵਿੱਚ ਜਿਵੇਂ ਰਿਤਿਕ ਰੋਸ਼ਨ ਨਹੀਂ, ਕ੍ਰਿਸ਼ 3 ਸੀ ਕਾਲਾ ਸੂਟ ਪਾ ਕੇ, ਉਹ ਹੀ ਸੀ ਮੂਵੀ ਵਾਲਾ ਸੀਨ, ਕੋਈ ਵੀ ਸਿੱਧੂ ਕ੍ਰਿਸ਼ 3 ਸੀ ਯਾਰ। ਅੱਜ ਮੈਂ ਵੀ ਵੈਸਾ ਹੀ ਬਣੇਗਾ ਬਿਲਕੁਲ। ਡਾਈਵਿੰਗ ਤੋਂ ਪਹਿਲਾਂ ਇਹਨਾਂ ਦੇ ਕੋਈ ਸਵਾਲ ਜਵਾਬ ਨੇ, ਇਹ ਉੱਪਰ ਲਿਖੇ ਨੇ, ਕਹਿੰਦੇ ਉਹ ਮੇਰੇ ਉੱਤੇ ਸਿਗਨੇਚਰ ਕਰ, ਕੋਈ ਮਸਲਾ ਨਹੀਂ। ਅਤੇ ਮੈਨੂੰ ਹੋਣੇ ਦਾ ਪਤਾ ਨਹੀਂ ਸੀ ਅਤੇ ਮੈਂ ਇਹਦੇ ਵਾਸਤੇ ਗੂਗਲ 'ਤੇ ਫੋਟੋ ਲੈ ਕੇ ਟ੍ਰਾਂਸਲੇਟ ਕਰਦਾ ਪਿਆ, ਗੂਗਲ ਐਪ ਇੱਕ ਡਾਊਨਲੋਡ ਹੁੰਦਾ ਹੀ ਆ ਅਤੇ ਉਹਦੇ 'ਤੇ ਪਤਾ ਲੱਗੇਗਾ। ਬਾਕੀ ਦੇਖੋ ਹੁਣ ਤੋ ਜੀ, ਸਭ ਫਾਰਮੈਲਿਟੀਆਂ ਪੂਰੀਆਂ ਕਰਨ ਤੋਂ ਬਾਅਦ ਜਹਾਜ਼ ਆਪਣਾ ਪਿਆ ਟੋਰ, ਅਤੇ ਹੁਣ ਆਪਾਂ ਦੇਖਦੇ ਹਾਂ ਕਿੱਥੇ ਲੈ ਕੇ ਜਾਂਦਾ ਅਤੇ ਕੀ ਕਰਾਉਂਦਾ। ਬਿਊਟੀਫੁਲ ਵਿਊ ਹੈ, ਮੈਨੂੰ ਇੰਝ ਲੱਗਦਾ ਜਿਵੇਂ ਬਹੁਤ ਮਜ਼ਾ ਆਉਣ ਵਾਲਾ। ਪਹਿਲਾਂ ਤਾਂ ਮੈਂ ਉਹਦੀ ਲਿਸਟ ਪੜ੍ਹ ਕੇ ਨਾ ਮੈਂ ਡਰ ਗਿਆ, ਕਹਿੰਦੀ ਤੂੰ ਆਪਣਾ ਡਾਕਟਰ ਨੇ ਤੈਨੂੰ ਕਿਸੇ ਚੀਜ਼ ਤੋਂ ਰੋਕਿਆ। ਮੈਂ ਕਿਹਾ ਮੈਂ ਤਾਂ ਕਦੇ ਡਾਕਟਰ ਨੂੰ ਚੈੱਕ ਹੀ ਨਹੀਂ ਕਰਾਇਆ, ਮੈਨੂੰ ਜਦੋਂ ਵੀ ਰੋਕਿਆ ਮੇਰੇ ਅੱਬੇ ਨੇ ਹੀ ਰੋਕਿਆ ਕਿ ਆਹ ਕੰਮ ਨਾ ਕਰੀ, ਆਹ ਕੰਮ ਨਾ ਕਰੀ। ਡਾਕਟਰ ਕੌਣ ਹੁੰਦਾ ਰੋਕਣ ਵਾਲਾ, ਕਦੀ ਚੈੱਕ ਕਰਾਇਆ ਹੀ ਨਹੀਂ। ਉਹ ਇੰਝ ਮੇਰੇ ਮੂੰਹ ਵੱਲ ਵੇਖਣ ਲੱਗ ਗਈ, ਫਿਰ ਉਹਨੇ ਕਿਹਾ ਇਹਨੂੰ ਸਕੈਨ ਕਰ। ਫਿਰ ਮੈਂ ਗੂਗਲ ਐਪ ਕੀਤਾ, ਉਹਦੇ ਤੋਂ ਫੋਟੋ ਖਿੱਚੀ, ਫੋਟੋ ਨੇ ਉਰਦੂ 'ਚ ਕੀਤਾ, ਉਰਦੂ ਆਪਾਂ ਨੂੰ ਪੜ੍ਹਨੀ ਆਉਂਦੀ ਸੀ, ਅਤੇ ਉਰਦੂ ਨੇ ਫਿਰ ਦੱਸਿਆ ਕਿ ਤੈਨੂੰ ਕੋਈ ਬਿਮਾਰੀ ਨਹੀਂ ਮੇਰਾ ਪੁੱਤਰ, ਤੂੰ ਜਾ ਸਕਦਾ, ਤੈਨੂੰ ਕੋਈ ਨਹੀਂ ਰੋਕਣ ਵਾਲਾ। ਮੈਂ ਕਿਹਾ ਠੀਕ ਹੈ ਅਸੀਂ ਚੱਲਦੇ ਹਾਂ। ਸੋ ਜਹਾਜ਼ ਆਪਣਾ ਤੁਰ ਪਿਆ ਅਤੇ ਅੱਗੇ ਜਾ ਕੇ ਆਪਾਂ ਡਾਈਵਿੰਗ ਕਰਨੀ ਹੈ। ਡਾਈਵਿੰਗ ਤੋਂ ਬਾਅਦ ਹੋਰ ਵੀ ਕਾਫੀ ਜ਼ਿਆਦਾ ਐਡਵੈਂਚਰ ਹੈ, ਜੁੜੇ ਰਹਿਣਾ, ਮਜ਼ਾ ਆਉਣ ਵਾਲਾ, ਬਹੁਤ ਜ਼ਿਆਦਾ ਮਜ਼ਾ ਆਉਣ ਵਾਲਾ। ਹਾਂਜੀ, ਅਤੇ ਅਸੀਂ ਜਾ ਰਹੇ ਸੀ ਜਹਾਜ਼ 'ਤੇ, ਇੱਕ ਚੀਜ਼ ਦਿਖੀ ਆ ਮੈਨੂੰ, ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦਾ, ਤੁਹਾਨੂੰ ਵੀ ਦਿਖਾਦਾ। ਇਹ ਅਸੀਂ ਜਾ ਰਹੇ ਸੀ ਜੋਰਡਨ ਦਾ ਬਾਰਡਰ ਹੈ, ਪਰਲੀ ਸਾਈਡ 'ਤੇ ਇਸਰਾਈਲ ਹੈ, ਇੱਥੇ ਦੇ ਲੋਕ ਉਹਨੂੰ ਇਸਰਾਈਲ ਵੀ ਕਹਿੰਦੇ ਨੇ, ਅਤੇ ਇਹ ਉਹਦਾ ਝੰਡਾ ਹੈ ਇਸਰਾਈਲ ਦਾ, ਇਹ ਦੇਖ ਸਕਦੇ ਹੋ ਤੁਸੀਂ, ਜੋਰਡਨ ਦਾ ਅਤੇ ਇਸਰਾਈਲ ਦਾ ਬਾਰਡਰ ਹੈ, ਇਹ ਇਸਰਾਈਲ ਦਾ ਫਲੈਗ ਹੈ, ਇਹ ਇਸਰਾਈਲ ਹੈ ਜੀ ਸਾਰਾ। ਇੱਥੇ ਕਹਿੰਦੇ ਵੀਡੀਓ ਬਣਾਉਣੀ, ਮਮਨੂ ਹੈ, ਲਾਉਣੀ ਆ। ਇੱਥੇ ਅਸੀਂ ਵੀਡੀਓ ਬਣਾਉਂਦੇ ਸੀ ਅਤੇ ਵਿੱਚੋਂ ਕੁਛ ਬੰਦੇ ਕਹਿ ਰਹੇ ਸੀ ਕਿ ਇਸਰਾਈਲ ਦਾ ਫਲੈਗ ਹੈ ਇਸਰਾਈਲ, ਅਤੇ ਇੱਕ ਫੈਮਲੀ ਤਾਂ ਫਲਸਤੀਨ ਦੀ ਸੀ, ਉਹ ਕਹਿ ਰਹੇ ਸੀ ਕਿ ਇਸਰਾਈਲ ਨਹੀਂ ਓਨਲੀ ਫਲਸਤੀਨ, ਇਸਰਾਈਲੀਆਂ ਨੇ ਫਲਸਤੀਨ ਵਾਲਿਆਂ 'ਤੇ ਬੜਾ ਜ਼ੁਲਮ ਕੀਤਾ ਹੈ, ਬੱਚਿਆਂ 'ਤੇ ਬਹੁਤ ਜ਼ੁਲਮ ਕੀਤਾ ਹੈ। ਤੁਸੀਂ ਵੀ ਵੀਡੀਓ ਦੇਖੀਆਂ ਹੋਣੀਆਂ, ਮੈਂ ਵੀ ਵੀਡੀਓ ਦੇਖੀਆਂ ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ, ਆਲ ਸੋਸ਼ਲ ਮੀਡੀਆ 'ਤੇ ਚੱਲਦੀਆਂ ਪਈਆਂ, ਬਿਲਡਿੰਗਾਂ ਡਿੱਗੀਆਂ, ਬੱਚੇ ਥੱਲੇ ਆਏ ਨੇ, ਖਾਣੇ ਨੂੰ ਤਰਸਦੇ ਪਏ ਨੇ, ਪਾਣੀ ਨੂੰ ਤਰਸਦੇ ਪਏ ਨੇ, ਬਹੁਤ ਬੁਰਾ ਹਾਲ।
ਉਹ ਮਤਲਬ ਰੋਣ ਲੱਗ ਗਏ ਗੱਲਾਂ ਕਰਦੇ ਕਰਦੇ। ਮੈਂ ਕਿਹਾ ਤੁਸੀਂ ਸਾਹਮਣੇ ਆ ਕੇ ਕੈਮਰੇ 'ਤੇ ਸਟੋਰੀ ਦੱਸੋਗੇ ਮਤਲਬ ਤੁਸੀਂ ਕਿੱਥੋਂ ਹੋ? ਅਤੇ ਉਹ ਕਹਿੰਦੇ ਨਹੀਂ ਅਸੀਂ ਨਹੀਂ ਦੱਸ ਸਕਦੇ, ਮਤਲਬ ਅਸੀਂ ਡਰੇ ਹੋਏ ਹਾਂ, ਸਾਡੀ ਹਿੰਮਤ ਨਹੀਂ ਆਈ ਨਹੀਂ ਕਿ ਅਸੀਂ ਕੈਮਰੇ ਦੇ ਸਾਹਮਣੇ ਆ ਕੇ ਦੱਸ ਸਕੀਏ। Then I will ask you to put the snorkel all bits on and bite. There is two space for the teeth. Just bite it. And it makes your lips like up. And you have to breathe deeply and slowly. Deeply and slowly. It's deep breathe. Muhammad, do you have any problem? Sure? Focus with me, please. Take 5 minutes, maybe 10 minutes. Then you will finish, okay? So we have to breathe deep, breathe, and long exhale, guys. Okay? Don't hold your breath at all. We are not allowed to hold our breath, guys. Okay? If we open our mouth under the water or try to talk or smile, we will get some water inside our mouth, okay? How you will clear it? Just spit it out, like, make it a big one. Keep bite and blow out. Virgin. Okay? Neil? Muhammad? Neil? Okay. The second one is the mask. It's silicone, yes? Yeah. When we put it in our face, put it on. When we put it in our face, it will take the shape of our face. حطها بتمة. خلوها بتمكم شباب. Okay? When I put the mask on, it will take the shape of our face, yes? It's not easy to take it off. But if we smile, we will make some space from here because the shape of our face will change, yes? So sometimes we will get some water inside our mask. Put your mask on. Try to smile. Do you see? There is some space here. If you get some water inside your mask, you have to clear it. Muhammad, if you get some water inside your mask, you have to clear it. How will you do that? Look up a little bit, breath on the plastic frame, and blow out from your nose. Breath on the plastic frame. Look up, up, blow out from your nose. Good. Try it. Okay. بدي اعمل بريس على الفريم من فوق. ما بدي ارفع الماسك. Guys, don't remove your mask because if you remove it, you will get more water. So you have to press it. Press it. Make it very tight in your face and blow out from your nose. Blow from your nose. So, yes. ما بدي اعمل هاي الحركة. بدي اعمل هيك. Okay, guys. Clear, do you have any questions? Okay, put your mask on, ya shabab. أنا عمدا بدي أخليكم تتضايق. بس طلعوا أنت لازم طلعوا من تما. كان البريث إن وإكس من الماوس. عادي مش مشكلة. هلا هذا لحظة Put your mask on. It will not be foggy under the water. Just only here. Because it's different temperature. Low way start ho gaya kaam.
ਵੇਖਦੇ ਹੋ ਕੀ ਬਣਦਾ। وتعال حدي هذا الماسك امين ਹਾਂਜੀ ਤੇ ਆਪਾਂ ਕਰਕੇ ਆਏ ਆ ਹੁਣੇ ਹੁਣੇ ਡਾਈਵਿੰਗ। ਬਹੁਤ ਮਜ਼ਾ ਆਇਆ ਏ ਕਿਉਂਕਿ ਖਤਰਨਾਕ ਸੀ। ਬੰਦਾ ਜਦੋਂ ਪਾਣੀ ਦੇ ਥੱਲੇ ਜਾਂਦਾ ਇੰਝ ਲੱਗਦਾ ਸਿਰਫ ਮੈਂ ਗਿਆ। ਇਹਦੇ ਵਾਸਤੇ ਸਿਰਫ ਤਕਨੀਕ ਦੀ ਜ਼ਰੂਰਤ ਹੈ। ਉਹ ਸਮਝਾਉਂਦੇ ਨੇ ਉਹਨੂੰ ਠੀਕ ਤਰ੍ਹਾਂ ਸਮਝੋ ਅਤੇ ਫਿਰ ਤੁਹਾਨੂੰ ਆਪ ਹੀ ਵਧੀਆ ਹੋ ਜਾਏਗਾ। ਅਤੇ ਪਰ ਉਹਨਾਂ ਥੱਲੇ ਵੀਡੀਓ ਸ਼ੀਡੀਓ ਤਾਂ ਬਣਾਈ ਕੋਈ ਨਹੀਂ, ਇੱਕ ਦੋ ਫੋਟੋ ਖਿੱਚੀ ਆ ਅਤੇ ਉਹਦਾ ਕੀ ਫਾਇਦਾ ਜੇ ਵੀਡੀਓ ਬਣਦੀ ਤਾਂ ਹੋਰ ਜ਼ਿਆਦਾ ਮਜ਼ਾ ਆਉਣਾ ਸੀ, ਤੁਹਾਨੂੰ ਪਤਾ ਲੱਗਣਾ ਸੀ ਕਿ ਭਿੰਡਰ ਸਾਹਿਬ ਕੀ ਕਰਕੇ ਆਏ। ਚਲੋ ਕੋਈ ਨਹੀਂ, ਗੱਲ ਪਹਿਲੀ ਵਾਰੀ ਜ਼ਿੰਦਗੀ 'ਚ ਸਿਲੰਡਰ ਚੁੱਕ ਕੇ ਨਹੀਂ ਤਾਂ ਇੰਗਲਿਸ਼ ਫਿਲਮਾਂ 'ਚ ਵੇਖੀਦਾ ਸੀ। ਉਹ ਜਦੋਂ ਜਹਾਜ਼ 'ਤੇ ਜਾਂਦੇ ਨੇ ਅਤੇ ਜਾਂ ਕਿਤੇ ਹੋਰ ਜਾਂਦੇ ਨੇ ਅਤੇ ਉਦੋਂ ਸਿਲੰਡਰ ਪਾ ਕੇ ਜਾਂਦੇ ਨੇ, ਇਹ ਭਿੰਡਰ ਸਾਹਿਬ ਆਪ ਹੀ ਸਿਲੰਡਰ ਪਾ ਕੇ ਸਮੁੰਦਰ 'ਚ ਉੱਤਰ ਗਏ। ਬਹੁਤ ਮਜ਼ਾ ਆਇਆ। ਅਤੇ ਹੁਣ ਆਪਾਂ ਕਰਦੇ ਹਾਂ ਥੋੜ੍ਹੀ ਦੇਰ ਸਵਿਮਿੰਗ ਅਤੇ ਫਿਰ ਅੱਗੋਂ ਵੇਖਦੇ ਹਾਂ ਕੀ ਕਹਿੰਦੇ ਨੇ ਜਾਂ ਕੀ ਕਰਨਾ ਹੈ। ਕੰਮ ਇਹ ਰਾਜੋ, ਐਡਵੈਂਚਰ ਕਰੋ ਮੇਰੇ ਨਾਲ ਨਾਲ। ਹਾਂਜੀ ਤੇ ਆਪਾਂ ਸਵਿਮਿੰਗ ਸਵਿਮਿੰਗ ਕਰਕੇ ਡਾਈਵਿੰਗ ਵੀ ਕਰਕੇ ਡਾਈਵਿੰਗ ਤੋਂ ਬਾਅਦ ਫਿਰ ਸਵਿਮਿੰਗ ਕੀਤੀ ਆ ਤੇ ਉਸ ਤੋਂ ਬਾਅਦ ਹੁਣ ਖਾਣਾ ਰੈਡੀ ਹੋ ਰਿਹਾ। ਬਾਰਬੀਕਿਊ ਲੱਗ ਰਹੇ ਨੇ। ਅੰਕਲ ਹੋਰਾਂ ਨੇ ਗ੍ਰਿਲ ਜਿਹੜੀ ਆ ਤਪਾਲੀ ਆ ਥੱਲੇ ਕੋਲੇ ਪਾ ਕੇ। ਦੇਖੋ ਇਹ ਜਿੰਨੀ ਗਰਮੀ ਪੈਣ ਦੀ ਹੈ ਮੈਨੂੰ ਲੱਗਦਾ ਹਾਂਜੀ ਪੱਕ ਜਾਣੇ ਨੇ, ਇਹਦੀ ਲੋੜ ਹੀ ਕੋਈ ਨਹੀਂ ਅੱਗ ਦੀ। ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਨਾ ਇਸ ਕਰਕੇ। ਹੁਣ ਭੁੱਖ ਬੜੀ ਲੱਗ ਗਈ ਸੀ। ਪਾਣੀ ਦੇ ਵਿੱਚ ਤਰਨ ਤੋਂ ਬਾਅਦ ਅਸੀਂ ਟੂਵਲ 'ਤੇ ਜਦੋਂ ਨਹਾਉਣ ਜਾਂਦੇ ਸੀ ਨਾ
ਸਭ ਤੋਂ ਜ਼ਿਆਦਾ ਭੁੱਖ ਪਾਣੀ 'ਚ ਲੱਗਦੀ ਸੀ, ਕੂਵਲ 'ਤੇ ਨਹਾਉਣ ਤੋਂ ਬਾਅਦ ਬੜੀ ਭੁੱਖ ਲੱਗਦੀ ਸੀ। ਸੇਮ ਉਹਨੋਂ ਹੀ ਕੰਡੀਸ਼ਨ ਹੋਈ ਪਈ ਆ, ਭੁੱਖ ਨੇ ਜਾਨ ਕੱਢੀ ਪਈ ਆ। ਅਤੇ ਮੇਰੀ ਇਹ ਹੋਏ ਖੁਆਇਸ਼ ਕਿ ਜਲਦੀ ਜਲਦੀ ਪਕਾ ਕੇ ਬਸ ਦੇ ਦੇਵੇ ਅਤੇ ਮੈਂ ਖਾ ਲਵਾਂ। ਕੁਛ ਸਲੂਣਾ ਖਾਣ ਨੂੰ ਦਿਲ ਕਰਦਾ ਪਿਆ, ਬਸ ਇਹਦੇ 'ਚ ਲੂਣ ਮਿਰਚਾਂ ਠੀਕ ਹੋਣ, ਹੁਣ ਠੀਕ ਹੀ ਹੋਣੀਆਂ ਲੱਗਦੀਆਂ ਤਾਂ ਠੀਕ ਪਈਆਂ, ਬਾਕੀ ਇਹਨੂੰ ਪਤਾ ਜਾਂ ਰੱਬ ਨੂੰ ਪਤਾ। ਅੰਕਲ ਹੋਰੀ ਤਿੱਕੇ ਛਿੱਕੇ ਲਾਉਂਦੇ ਸੀ ਅਤੇ ਉਹਨਾਂ ਕਿਹਾ ਸਵੀਮਿੰਗ ਦਾ ਉਹ ਆ ਗਿਆ ਪੁਆਇੰਟ, ਅਤੇ ਤੁਸੀਂ ਇੱਕ ਵਾਰੀ ਫੇਰ ਨਾ ਲਓ, ਉਨੀ ਦੇਰ ਖਾਣਾ ਤਿਆਰ ਹੋ ਜਾਏਗਾ। ਅਸੀਂ ਕਿਹਾ ਠੀਕ ਹੈ, ਅਸੀਂ ਫੇਰ ਨਾ ਲੈਂਦੇ ਹਾਂ। ਲੋ ਜੀ, ਖਾਣਾ ਹੋ ਗਿਆ ਰੈਡੀ ਅਤੇ ਭੁੱਖ ਵੀ ਲੱਗੀ ਸੀ, ਸੋ ਮੱਚ ਹੈਂਗਰੀ। ਸਾਡੇ ਤੋਂ ਪਾਸੇ ਇੱਕ ਹੋਰ ਬੋਟ ਆ ਗਈ, ਇਹ ਸਵੀਮਿੰਗ ਪੁਆਇੰਟ ਸੀ ਇੱਧਰਲੀ ਸਾਈਡ 'ਤੇ। ਖਾਣ ਦੇ ਵਿੱਚ ਕੀ ਹੈ, ਫਿਸ਼ ਹੈ, ਫਿੱਕੇ ਚੌਲ ਨੇ, ਨਾਲ ਸਾਈਲਟ ਹੈ, ਇਹਨਾਂ ਨੇ ਧੁਆਣਾ ਰੱਖਿਆ। ਧੁਆਣਾ ਵਧੀਆ ਹੁੰਦਾ ਨਾ ਸਿਹਤ ਆਸ਼ਤੇ। ਚਲੋ ਬਸ ਹੁਣ ਟਾਈਮ ਨਾਲ ਰੋਟੀ ਖੋਲ ਦੇਣ ਤਾਂ ਕਿ ਖਾ ਲਈ, ਭੁੱਖ ਬਹੁਤ ਲੱਗੀ ਹੈ। ਲਓ ਜੀ, ਆਪਣਾ ਜਹਾਜ਼ ਦਾ ਸਫ਼ਰ ਹੋ ਗਿਆ ਖਤਮ, ਅਤੇ ਹੁਣ ਨਾ ਭਾਈ ਤੋਂ ਨਿਕਲਣ ਲੱਗੇ ਹਾਂ ਅਤੇ ਚੱਲਦੇ ਹਾਂ ਅਗਾਂਹ ਕਿਤੇ, ਅਤੇ ਵੇਖਦੇ ਹਾਂ ਅਗਾਂਹ ਕੀ ਕਰਦੇ ਹਾਂ, ਕਿ ਕੰਮ ਹੈ ਬਹੁਤ ਜ਼ਰੂਰੀ ਪਹਿਲਾਂ ਜਾ ਕੇ ਕਰਨਾ ਉਹ। ਅਤੇ ਆਇਓ ਆਪਾਂ ਡਾਇਰੈਕਟ ਉੱਥੇ ਚੱਲਦੇ ਹਾਂ, ਆਪਾਂ ਇਜਿਪਟ ਦੀ ਫੈਰੀ ਦਾ ਪਤਾ ਕਰਨਾ ਹੈ, ਕਿਉਂਕਿ ਮੈਂ ਅੱਗੇ ਇਜਿਪਟ ਜਾਣਾ ਹੈ ਅਤੇ ਇਜਿਪਟ ਦਾ ਵੀਜ਼ਾ ਮੇਰੇ ਕੋਲ ਐਮਰਸ ਆਈ ਡੀ ਉਹਦੇ 'ਤੇ ਓਨਰ ਅਰਾਈਵਲ ਹੈ, ਉੱਥੇ ਜਾ ਕੇ ਪਤਾ ਕਰਦੇ ਹਾਂ ਜਹਾਜ਼ ਵਾਸਤੇ ਓਨਰ ਅਰਾਈਵਲ ਚਾਹੀਦਾ। ਦਿਸ ਇਜ਼ ਮਾਈ ਫਰੈਂਡ, ਮਾਈ ਫਰੈਂਡ, ਯੈ, ਬੱਲੇ 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 ਬੱਲੇ, ਵੈਲਕਮ, ਕਮ ਜੋਰਦਾਰ, ਐਮਰਸ ਆਈ ਡੀ ਨਾ ਮੇਰੇ ਕੋਲ, ਮੈਂ ਕੀ ਕਹਿ ਰਿਹਾ ਸੀ, ਹਾਂ ਇਹੀ ਕਹਿ ਰਿਹਾ ਸੀ ਕਿ ਐਮਰਸ ਆਈ ਡੀ ਮੇਰੇ ਕੋਲ, ਉਹਦੇ 'ਤੇ ਇਜਿਪਟ ਦਾ ਵੀਜ਼ਾ ਓਨ ਅਰਾਈਵਲ ਹੈ, ਅਤੇ ਉੱਥੇ ਚੱਲਦੇ ਹਾਂ ਹੁਣ ਆਪਾਂ ਅਤੇ ਪਤਾ ਕਰਦੇ। ਆਪਾਂ ਗਏ ਸੀ ਇੱਥੇ ਜਿੱਥੋਂ ਬੋਟ ਜਾਂਦੀ ਹੈ ਸੀ ਪੋਰਟ ਤੋਂ ਜੋਰਡਨ ਦੀ, ਤੋਂ ਉੱਥੋਂ ਲੈ ਕੇ ਆਏ ਹਾਂ ਪੱਟੀਗਟ, ਇਹ ਤੁਸੀਂ ਦੇਖੋ। ਅਤੇ ਟਿਕਟ ਜਿਹੜੀ ਆ $110 ਦੀ ਮਿਲੀ ਹੈ, ਆਉਣ ਜਾਣ ਦੀ, ਇਕੱਲੀ ਜਾਣ ਦੀ ਟਿਕਟ ਨਹੀਂ ਦਿੰਦੀ ਐਮਰਸ ਆਈ ਡੀ 'ਤੇ ਓਨ ਅਰਾਈਵਲ ਹੈ, ਅਤੇ ਆਉਣ ਜਾਣ ਦੀ ਜਿਹੜੀ ਟਿਕਟ ਹੈ ਉਹ $110 ਦੀ ਦਿੱਤੀ ਹੈ, ਦੋ ਟਿਕਟਾਂ। ਉਸ ਤੋਂ ਅੱਗੇ ਮੈਂ ਜਾਵਾਂਗਾ ਜੋਰਜੀਆ ਇਜਿਪਟ ਤੋਂ, ਅਤੇ ਮੈਂ ਉਹਨਾਂ ਨੂੰ ਕਿਹਾ ਬਈ ਵਾਪਸੀ ਦੀ ਟਿਕਟ ਤਾਂ ਮੇਰੀ ਕਿਸੇ ਕੰਮ ਦੀ ਨਹੀਂ, ਉਹ ਕਹਿੰਦੇ ਤੈਨੂੰ ਲੈਣੀ ਪੈਣੀ ਭਵਾਂ ਤੇਰੇ ਕੰਮ ਦੀ ਹੈ ਭਵਾਂ ਨਹੀਂ ਹੈ। ਸੋ ਇਸ ਕਰਕੇ ਮੈਂ ਕਿਹਾ ਚਲੋ ਠੀਕ ਹੈ, $110 ਇੱਥੇ ਲੱਗ ਗਏ। ਟੋਟਲ ਦੋ ਦਿਨਾਂ ਦੇ ਵਿੱਚ $510 ਦਾ ਕਬਾੜਾ, ਪਾਕਿਸਤਾਨੀ $510 ਜਿਹੜਾ ਨਾ ਤਕਰੀਬਨ ਕੋਈ 1,40,000 ਰੁਪਈਆ ਬਣਦਾ ਹੈ। ਅਤੇ ਜਹਾਜ਼ ਦੀ ਟਿਕਟ ਤੋਂ ਇਲਾਵਾ, ਜਹਾਜ਼ ਦੀ ਟਿਕਟ ਤੋਂ ਇਲਾਵਾ 1,40,000 ਰੁਪਏ ਦੀ ਜਹਾਜ਼ ਦੀ ਟਿਕਟ ਹੋਏਗੀ, ਮਤਲਬ 2.5-3 ਲੱਖ ਰੁਪਏ ਦਾ ਸਿਰਾ ਲੈ ਗਿਆ, ਠੀਕ ਹੈ। ਅਤੇ ਹੁਣ ਨਾ ਭਾਈ ਇੱਥੋਂ ਬੈਗ ਚੁੱਕਦੇ ਹਾਂ, ਬੈਗ ਚੁੱਕ ਕੇ ਆਪਾਂ ਚੱਲਦੇ ਹਾਂ ਬੋਰਡ 'ਤੇ, ਉੱਥੇ ਤੁਹਾਨੂੰ ਦਿਖਾਉਂਦਾ ਵਾਂ ਕਿ ਕੀ ਸੀਨ ਹੁੰਦਾ ਹੈ। ਮੈਂ ਤਾਂ ਦੱਸਦਾ ਪਿਆ, ਜਿਹਨੇ ਵੀ ਅੰਮ੍ਰਿਤਸਰ ਆਈ ਡੀ 'ਤੇ ਆਉਣਾ ਹੋਏ ਉਹਦੇ ਵਾਸਤੇ ਆਸਾਨੀ ਹੋਏ, ਠੀਕ ਹੈ। ਲਓ ਵੀ ਦੋਸਤੋ, ਬੈਗ ਆਪਾਂ ਫੜ ਲਿਆ ਅਤੇ ਆਪਾਂ ਹੁਣ ਲੱਗੇ ਹਾਂ ਨਿਕਲਣ ਸੀਪੋਰਟ ਵਾਲੀ ਸਾਈਡ 'ਤੇ, ਜਿੱਥੋਂ ਬੈਰੀ ਜਹਾਜ਼ ਜਾਂਦੇ ਨੇ। ਤੁਸੀਂ ਵੀ ਕਹਿੰਦੇ ਹੋ ਬੜਾ ਗੰਦਾ ਇੰਜ ਹੀ ਤੁਰ ਪੈਂਦਾ,
ਭਰਾਵਾ ਕੀ ਕਰਾਂ, ਮਜਬੂਰੀ ਹੈ। ਹੁਣ ਟਾਈਮ ਬੜਾ ਹੋ ਗਿਆ, ਤਕਰੀਬਨ 7:30 ਨਿਕਲਣੀ ਹੈ ਅਤੇ 7:45 ਹੋ ਗਏ ਨੇ। ਜੇ ਮੈਂ ਲੱਗ ਗਿਆ ਨਹਾਉਣ ਧੋਣ ਤਾਂ ਫਿਰ ਸਾਰੀ ਦਿਹਾੜੀ ਗਈ, ਕੱਲ੍ਹ ਸਵੇਰੇ ਜਾਇਆ ਜਾਣਾ। ਸੋ ਇਸ ਕਰਕੇ ਜਿਹੜੀ ਮੇਰੇ ਕੋਲ ਟਿਕਟ ਹੈ ਨਾ, ਟਿਕਟ ਦੇ ਉੱਤੇ ਉਹਨਾਂ ਨੇ ਪੂਰਾ ਸਾਲ ਦੀ ਪਾਈ ਹੈ। ਪੂਰੇ ਸਾਲ ਮੈਂ ਟਰੈਵਲ ਕਰ ਸਕਦਾ ਵਾਂ, ਪੂਰੇ ਸਾਲ ਦੇ ਵਿੱਚ ਜਦੋਂ ਮਰਜ਼ੀ। ਐਡੀ ਲੰਬੀ ਉਹਨਾਂ ਟਿਕਟ ਦਿੱਤੀ ਅਤੇ ਆਪਾਂ ਲੇਟ ਨਹੀਂ ਕਰਦੇ। ਟੈਕਸੀ ਜਿਹੜੀ ਉੱਧਰੋਂ ਮੈਂ ਲੈ ਕੇ ਆਇਆ ਸੀ ਉਹ ਹੀ ਉਹਨੂੰ ਖਿਲਾ ਰਿਹਾ ਸੀ ਅਤੇ ਇਹਨੂੰ ਆਪਾਂ ਦਿੱਤੇ ਨੇ 15 JD। ਮਤਲਬ ਇੰਨਾ ਮਹਿੰਗਾ ਨਾ, ਹਰ ਚੀਜ਼ ਇੰਨੀ ਕੁ ਮਹਿੰਗੀ ਹੈ ਜਿਹਦਾ ਕੋਈ ਹਿਸਾਬ ਨਹੀਂ ਹੈ, ਹੱਥ ਹੀ ਨਹੀਂ ਲੱਗਦਾ। ਸੋ ਇਸ ਕਰਕੇ ਸੋਚ ਸਮਝ ਗਿਆ ਨਾ, ਡਾਲਰਾਂ ਤੋਂ ਵੀ ਉੱਤੇ ਦੀ ਗੱਲ ਹੈ। ਪਾਕਿਸਤਾਨ 'ਚ ਤਾਂ ਡਾਲਰ 'ਚ ਬੰਦਾ ਲਾਉਂਦਾ ਨਾ ਤਾਂ ਕਹਿੰਦਾ ਚੱਲ ਕੋਈ ਨਹੀਂ, ਉਹਦੇ ਪੈਸੇ ਚੇਂਜ ਹੋ ਜਾਣੇ ਨੇ। $200 ਚੇਂਜ ਕਰਾਓ ਅਤੇ 138 JD ਮਿਲਦੇ ਨੇ, ਅਤੇ ਟੈਕਸੀ ਦਾ ਕਿਰਾਇਆ ਉੱਥੋਂ ਇੱਥੇ ਆਉਣ ਦਾ ਇਹਨੇ ਲਿਆ ਏ ਜਿਵੇਂ 15 ਰੁਪਏ, ਅਤੇ ਕੱਲ੍ਹ ਜੇ ਮੈਂ ਉਹਦੇ ਤੋਂ ਪੈਟਰਾ ਤੋਂ ਇੱਥੇ ਆਇਆ ਸੀ ਉਕਾਬਾ ਅਤੇ ਉਹਨੇ 45 ਰੁਪਏ ਲਿਆ ਸੀ। ਸੋ ਜੇ ਡਾਲਰਾਂ ਤੋਂ ਉੱਤੇ ਵੇ ਨਾ ਤਾਂ ਪੈਸੇ ਲੱਗਦੇ ਵੀ ਉਂਝ ਹੀ ਨੇ, ਇਹ ਨਹੀਂ ਕਿ ਥੋੜ੍ਹੇ ਲੱਗਦੇ ਨੇ, ਲੱਗਦੇ ਵੀ ਉਨੇ ਜ਼ਿਆਦਾ ਹੀ ਨੇ, ਬਹੁਤ ਮਹਿੰਗਾ ਹੈ। ਸੋ ਆਪਾਂ ਚੱਲਦੇ ਹਾਂ ਮਿਸਰ, ਉੱਥੇ ਜਾ ਕੇ ਵੇਖਦੇ ਹਾਂ ਉੱਥੇ ਕੀ ਹਿਸਾਬ ਕਿਤਾਬ। ਲੋ ਬਈ ਦੋਸਤੋ, ਆਪਣੀ ਸਭ ਕੁਛ ਬੋਰਡਿੰਗ ਵਗੈਰਾ ਹੋ ਗਈ ਹੈ ਅਤੇ ਜਹਾਜ਼ ਖਲੋਤਾ ਆ ਜਿਹਦੇ 'ਤੇ ਆਪਾਂ ਜਾਣਾ ਹੈ। ਇੱਧਰਲੀ ਸਾਈਡ ਤੋਂ ਆਪਾਂ ਜਾ ਰਹੇ ਹਾਂ। ਮੈਂ ਕਿਹਾ ਜਾਂਦੇ ਹੋਏ ਤੁਹਾਨੂੰ ਜਹਾਜ਼ ਹੀ ਦਿਖਾ ਦਈਏ। ਜਹਾਜ਼ ਦੇਖੋ ਮਾਸ਼ਾਅੱਲਾ ਕਿੱਡਾ ਖੂਬਸੂਰਤ ਹੈ। ਇਹਦੇ 'ਤੇ ਅੱਜ ਜਾਣਾ ਆਪਾਂ ਮਿਸਰ, ਇਜਿਪਟ। ਲੋ ਜੀ, ਜਹਾਜ਼ ਦੇ ਵਿੱਚ ਆਪਾਂ ਪੈ ਗਏ ਹਾਂ ਅਤੇ ਜਹਾਜ਼ ਜਿਹੜਾ ਹੈ ਸਾਫ਼ ਸੁਥਰਾ ਹੈ, ਜਿਵੇਂ ਈਰਾਨ ਆਪਾਂ ਗਏ ਸੀ ਉਂਝ ਦਾ ਜਹਾਜ਼ ਨਹੀਂ ਹੈ, ਬਿਹਤਰੀਨ ਹੈ, ਸਾਫ਼ ਸੁਥਰਾ। ਅਤੇ ਜਹਾਜ਼ 'ਚ ਜਦੋਂ ਮੈਂ ਐਂਟਰ ਹੋਇਆ ਨਾ, ਮੇਰਾ ਪਾਸਪੋਰਟ ਰੱਖ ਲਿਆ, ਕਹਿੰਦੇ ਤੂੰ ਪਾਕਿਸਤਾਨ ਦਾ। ਮੈਂ ਕਿਹਾ ਹਾਂ। ਕਹਿੰਦੇ ਅਮਰਨਾਥ ਦੀ ID ਤੇਰੇ ਕੋਲ? ਮੈਂ ਕਿਹਾ ਮੈਂ ਤੂੰ ਕੰਮ ਕਰਦਾ ਵਾਂ ਦੁਬਈ ਐਮਰਸ ID ਨੂੰ ਅਮਰਨਾਥ ਕਹਿੰਦੇ, ਅਮਰਨਾਥ ID। ਅਤੇ ਉਹਦੇ ਉੱਤੇ 12-14 ਕੰਟਰੀਆਂ ਜਿਹੜੀਆਂ ਔਨ ਅਰਾਈਵਲ ਨੇ, ਜਿਨ੍ਹਾਂ ਵਿੱਚੋਂ ਇੱਕ ਇਜਿਪਟ ਵੀ ਹੈ। ਅਤੇ ਮੈਨੂੰ ਕਹਿੰਦੇ ਕਿ ਤੈਨੂੰ ਇਜਿਪਟ ਦੇ ਵੀਜ਼ੇ ਦੀ ਫੀਸ ਦੇਣੀ ਪੈਣੀ। ਮੈਂ ਕਿਹਾ ਕਿੰਨੀ ਫੀਸ ਹੈ? ਕਹਿੰਦੇ $25। ਮੈਂ ਕਿਹਾ ਓਕੇ ਲੈ ਲਓ। ਕਹਿੰਦੇ ਨਹੀਂ, ਪਾਸਪੋਰਟ ਉਹਨਾਂ ਰੱਖ ਲਿਆ। ਕਹਿੰਦੇ ਤੈਨੂੰ ਉੱਥੇ ਇਜਿਪਟ ਪਹੁੰਚ ਕੇ ਪਾਸਪੋਰਟ ਮਿਲੇਗਾ ਅਤੇ ਤੇਰੇ ਵੀਜ਼ੇ ਦੀ ਫੀਸ ਉੱਥੇ ਤੈਨੂੰ ਦੇਣੀ ਪਏਗੀ। ਮੈਂ ਕਿਹਾ ਓਕੇ। ਅਤੇ ਟਾਈਮ ਜਿਹੜਾ ਹੈ 12 ਵੱਜ ਗਏ ਨੇ ਅਤੇ ਜਹਾਜ਼ ਹਲੇ ਵੀ ਖਲੋਤਾ ਹੈ ਅਤੇ ਟਿਕਟ ਦੇ ਉੱਤੇ 7:30 ਦਾ ਟਾਈਮ ਸੀ। ਠੀਕ ਹੈ, 7 ਅਤੇ 5:12, ਮਤਲਬ 4.5 ਘੰਟੇ ਹੋ ਗਏ ਬਸ ਇੰਝ ਹੀ ਆ ਫਿਰ, ਮਤਲਬ ਸਿੱਖਣ ਨੂੰ ਮਿਲ ਰਹੇ ਹਾਂ। ਲੋ ਵੀ ਦੋਸਤੋ, ਮੈਂ ਪਹੁੰਚਿਆ ਏਅਰਪੋਰਟ ਤੋਂ ਸਿੱਧਾ ਹੋਟਲ। ਉਹਨਾਂ ਨੇ ਏਅਰਪੋਰਟ 'ਤੇ ਵੀਡੀਓ ਨਹੀਂ ਬਣਾਉਣ ਦਿੱਤੀ, ਕੁਝ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਉਸ ਤੋਂ ਪਹਿਲਾਂ ਪੈਸਿਆਂ ਦੀ ਜ਼ਰੂਰਤ ਹੈ, ਆਪਾਂ ਪੈਸੇ ਚੇਂਜ ਕਰਾ ਲਈਏ। ਓਕੇ ਗੋ। ਆ $100 ਇਹਨੂੰ ਮੈਂ ਦਿੱਤਾ, ਮੈਂ ਕਿਹਾ ਚੇਂਜ ਕਰ ਦੇ ਮੇਰਾ। ਇਹ ਨੇ ਪਾ ਤਾ $100, ਵੇਖਦੇ ਹਾਂ ਕਿੰਨੇ ਪੈਸੇ ਨਿਕਲਦੇ ਨੇ। ਓਕੇ, ਬਾਕੀ ਆਪਣੇ ਨਾਲ ਹੱਥ ਹੋ ਗਿਆ ਹੁਣੇ ਹੁਣੇ ਤਾਜ਼ਾ ਤਾਜ਼ਾ, ਕਿਉਂਕਿ ਇੰਟਰਨੈਟ ਜਿਹੜਾ ਜ਼ਰੂਰੀ ਹੁੰਦਾ। ਏਅਰਪੋਰਟ ਤੋਂ ਬਾਹਰ ਨਿਕਲਦੇ ਹਾਂ, ਸਾਰੀ ਸਿਮ ਲਈ ਉਹਨੇ, ਵੇਖ ਲਿਆ ਕਿ ਇਹਨੂੰ ਇੰਗਲਿਸ਼ ਵੀ ਨਹੀਂ ਚੱਜ ਨਾਲ ਲਾਉਂਦੀ ਅਤੇ ਇਹਨੂੰ ਲੁੱਟ ਲਈਏ, ਪਤਾ ਇਹਨੂੰ ਵੀ ਨਹੀਂ ਲੱਗਦਾ ਮੈਨੂੰ ਲੱਗਦਾ। ਓਕੇ ਓਕੇ ਓਕੇ, ਨਿਕਲਣ ਲੱਗੇ ਨੇ ਆਪਣੇ ਪੈਸੇ। ਕੱਢਦੇ ਓ 200 ਦੇ ਨੋਟ ਚੈੱਕ ਕਰੋ ਬਾਈ, ਇਹ ਤੇ ਰਾਣ ਵਾਲੇ ਹਿਸਾਬ ਲੈ, ਪਾਉਂਡਾਂ ਵਾਲੇ ਵੀ
ਲੋ ਵੀ ਦੋਸਤੋ, ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਜਿਪਟ ਪਹੁੰਚ ਚੁੱਕਿਆ, ਸੁਬਾਹ ਦੇ ਵੱਜ ਗਏ ਨੇ 5, ਖੱਜਲ ਖੁਆਰ ਹੋ ਕੇ ਹੁਣ ਹੋਇਆ ਵਿਹਲਾ, ਅਤੇ ਫਿਲਹਾਲ ਮੇਰੇ ਮੋਬਾਈਲ ਵੀ ਬੰਦ ਹੋਣ ਵਾਲਾ ਹੈ, ਅਤੇ ਉਸ ਤੋਂ ਬਾਅਦ ਮੇਰੀ ਆਪਣੀ ਬੈਟਰੀ ਲੋ ਹੋਈ ਪਈ ਹੈ, ਕਿਉਂਕਿ ਸਵਿਮਿੰਗ ਕੀਤੀ, ਡਾਈਵਿੰਗ ਕੀਤੀ, ਉਸ ਤੋਂ ਬਾਅਦ ਸਫ਼ਰ ਕੀਤਾ ਇੰਨਾ, ਜਿਹਦੇ ਕਰਕੇ ਮੱਤ ਵੱਜੀ ਪਈ ਆ। ਸੋ ਵਲੋਗ ਆਪਾਂ ਕਰਦੇ ਹਾਂ ਖਤਮ, ਅਤੇ ਆਪਣੇ ਨਾਲ ਕੀ ਹੋਇਆ ਆਪਾਂ ਤੁਹਾਨੂੰ ਦੱਸਦੇ ਹਾਂ ਇਨਸ਼ਾਅੱਲਾ ਨੈਕਸਟ ਵਲੋਗ 'ਚ, ਠੀਕ ਹੈ। ਫਿਲਹਾਲ ਦਿਓ ਇਜਾਜ਼ਤ, ਮਿਲਦੇ ਹਾਂ ਨੈਕਸਟ ਵਲੋਗ 'ਚ। ਲਵ ਯੂ ਐਸ ਸਾਰਿਆਂ ਨੂੰ।